ਨਮਸਕਾਰ ਦੋਸਤੋ, ਤੁਸੀਂ ਦੇਖਾ ਦਿਓ ਜੰਮੂ ਟ੍ਰਿਬਿਊਨ ਔਰ ਮੈਚ ਸਲਤੀਆ। ਦੋਸਤੋ, ਇੱਕ ਹੋਰ ਦੁਖਦ ਖਬਰ ਜਿਹੜੀ ਹੈ ਸਾਡੇ ਸਾਹਮਣੇ ਆਈ। ਆਖਿਰਕਾਰ ਇਹ ਨਸ਼ਾ ਕਿੰਨੇ ਘਰ ਉਜਾੜ, ਇਹ ਨਸ਼ਾ ਕਿੰਨੇ ਘਰ ਦੀ ਜਿਹੜੀ ਜੋਤ ਹੈ ਬੁਝਾ, ਇੱਕ ਦੀਪਕ ਘਰਾਂ ਦਾ ਉਹ ਕੁਛ। ਦੋਸਤੋ, ਗੱਲਬਾਤ ਹੈ ਗ੍ਰਾਮ ਬਧਵਾਲ ਦੀ। ਉਧਰ ਦਾ ਇੱਕ ਨੌਜਵਾਨ ਜਾਗਤ ਉਹ ਇਸ ਨਸ਼ੇ ਦੀ ਚਪੇਟ ਚ ਆਈ। ਦੋਸਤੋ, ਆਖਿਰਕਾਰ ਕਿੰਨੇ ਨੌਜਵਾਨ ਇਸ ਚਿੱਟੇ ਦੀ ਚਪੇਟ ਚ ਆਉਣ। ਆਏ ਦਿਨ ਤੁਸੀਂ ਇਹ ਖਬਰਾਂ ਦਿਖਾ ਰਹੇ ਹੋ। ਅਸ ਕਿਸੇ ਵੀ ਗ੍ਰਾਂ ਦੀ ਗੱਲ ਕਰਚੇ, ਅਜੇ ਵਿੱਚ ਕੋਈ ਇੱਕ ਮਹੀਨੇ ਦਾ ਗੈਪ ਹੁੰਦਾ, ਫਿਰ ਕੋਈ ਖਬਰ ਆਈ ਜਾਂਦੀ ਹੈ। ਕੋਈ ਵਿਜੇਪੁਰ ਪੈਦਾ ਲੱਭਦਾ, ਕੋਈ ਖੇਤਰਾਂ ਚ ਪੈਦਾ ਲੱਭਦਾ, ਕੋਈ ਕੁਥਾ ਪੈਦਾ ਲੱਭਦਾ, ਹੋਰ ਘਰ ਦੇ ਨੌਜਵਾਨ ਜਾਗਤ ਜਿਹੜੇ ਨੇ ਇਸ ਚਿੱਟੇ ਦੀ ਭੇਂਟ ਚੜਾਏ। ਸਾਡੀ ਡਿਸਟ੍ਰਿਕਟ ਸਾਂਬਾ ਪੁਲਿਸ ਲਗਾਤਾਰ ਪ੍ਰਯਾਸ ਕਰਾ ਰਹੀ ਹੈ ਕਿ ਕਿਸੇ ਪ੍ਰਕਾਰ ਜਿਹੜੀ ਹੈ ਚਿੱਟੇ ਪਰ ਰੋਕ ਲਗਾਈ ਜਾਏ, ਔਰ ਲਗਾਤਾਰ ਤੁਸੀਂ ਦੇਖਾ ਦਿਓ ਨਸ਼ੇ ਪਰ ਕਾਰਵਾਈ ਵੀ ਹੋਦੀ ਹੈ। ਕਾਰਵਾਈ ਹੋਣੇ ਦੇ ਬਾਵਜੂਦ ਵੀ ਜਿਹੜੇ ਇਹਕੜੇ ਮਾਮਲੇ ਨੇ ਸਾਹਮਣੇ ਆਵਾਦੇ। ਪਹਿਲੇ ਤੇ ਜਿਹੜੇ ਜਾਗਤ ਇਹ ਚਿੱਟੇ ਕੰਨਾਂ ਫੜਾਉਂਦੇ ਹੈ, ਲੇਕਿਨ ਹੁਣ ਜਾਗਤ ਕਿਸ ਤਰੀਕੇ ਕੰਨੇ ਜਿਹੜੇ ਨੇ ਸਾਹਮਣੇ ਆਵਾਦੇ ਨੇ ਕਿ ਘਰ ਦੇ ਜਿਹੜੇ ਦੀਪਕ ਨੇ ਉਹ ਬੁਝਾਦੇ ਨੇ। ਗੁੜੇ ਵੀ ਇਹ ਵਾਰਦਾਤਾਂ ਹੋਈਆਂ, ਬਧਵਾਲ ਵੀ ਵਾਰਦਾਤ ਹੋਈ। ਅਸ ਖਲਕੇ ਇਲਾਕੇ ਦੀਆਂ ਗੱਲਾਂ ਕਰਚੇ, ਬਜਪੁਰਾ ਦੀ ਗੱਲ ਕਰਚੇ, ਵਿਜੇਪੁਰ ਦੀ ਗੱਲ ਕਰਚੇ, ਉੱਥੇ ਵੀ ਵਾਰਦਾਤ ਹੋਈ। ਬਹੁਤ ਸਾਰੀ ਜਗ੍ਹਾ ਜਿਹੜੇ ਸਾਡੇ ਨੌਜਵਾਨ ਇਸਦੀ ਚਪੇਟ ਚ ਆਈਏ। ਮੇਰੀ ਅਪੀਲ ਹੈ ਸਾਰੇ ਨੌਜਵਾਨਾਂ ਕੰਨੇ, ਘਰ ਪਰਤੋਈ ਆਓ, ਇਸ ਗੰਦੀ ਬਿਮਾਰੀ ਛੱਡਿਓ। ਬਹੁਤ ਤਕਲੀਫ ਹੁੰਦੀ ਹੈ ਉਨ ਪਰਿਵਾਰਾਂ ਦੀ, ਬਹੁਤ ਤਕਲੀਫ ਹੁੰਦੀ ਹੈ ਮਾਤਾ ਪਿਤਾ ਦੀ। ਉਨ ਮਾਤਾ ਪਿਤਾ ਦੀ ਵੱਖੀ ਦੇਖੋ ਜਿੰਦੇ ਜਵਾਨ ਜਾਗਤ ਇਸ ਨਸ਼ੇ ਦੀ ਚਪੇਟ ਚ ਆਈ ਹੈ, ਦੁਨੀਆਂ ਦੀ ਰੁਖਸਤ ਕਰੀ ਜਾਂਦੇ ਨੇ। ਮਤੇ ਸਾਰੇ ਸਾਡੇ ਜਿਹੜੇ ਨੌਜਵਾਨ ਨੇ ਇਸ ਨਸ਼ੇ ਵਾਸਤੇ ਕਾਰਜ ਕਰਾ ਦੇ ਨੇ, ਨਸ਼ੇ ਵਾਸਤੇ ਕੰਮ ਕਰਾ ਦੇ ਨੇ, ਤਾਂ ਕਿ ਉਸੇ ਦੇ ਘਰ ਦਾ ਦੀਪਕ ਬੁਝਾ ਨਹੀਂ। ਦੋਸਤੋ, ਓਮ ਸ਼ਾਂਤੀ, ਓਮ ਸ਼ਾਂਤੀ। ਲੇਕਿਨ ਇੱਕ ਪ੍ਰਯਾਸ ਜਿਹੜਾ ਹਮੇਸ਼ਾ ਜਾਰੀ ਰੱਖਿਓ, ਅਗਰ ਤੁਹਾਡੀ ਨਜ਼ਰ ਚ ਕੋਈ ਐਸਾ ਨੌਜਵਾਨ ਹੈ ਜੋ ਇਸ ਨਸ਼ੇ ਕੀ ਛੱਡਣਾ ਚਾਹੁੰਦਾ, ਉਹ ਇਸ ਨਸ਼ੇ ਦੀ ਲੜਾਈ ਚ ਸ਼ਾਮਿਲ ਹੋਣਾ ਚਾਹੁੰਦਾ, ਨਸ਼ੇ ਕੀ ਛੱਡਣਾ ਚਾਹੁੰਦਾ, ਪੁਲਿਸ ਤੁਹਾਡੀ ਬਿਲਕੁਲ ਮਦਦ ਕਰ, ਨਸ਼ਾ ਮੁਕਤੀ ਕੇਂਦਰ ਬਣੇ ਨੇ ਨਾ, ਉਹਦੇ ਚ ਤੁਸੀਂ ਕੀ ਦਾਖਲ ਕਰਾ। ਇਹਦੇ ਕੋਲ ਵੱਡਾ ਤੋਹਫਾ ਮਾਤਾ ਪਿਤਾ ਵੀ ਨਹੀਂ ਹੋਣਾ। ਆਓ ਫਿਰ ਇੱਕ ਪਹਿਲ ਕਰਚੇ, ਇਸ ਨਸ਼ੇ ਕੀ ਛੱਡਚੇ, ਆਓ ਫਿਰ ਨਸ਼ੇ ਕੀ ਛੱਡੀਏ, ਆਪਣੀ ਜ਼ਿੰਦਗੀ ਚ ਹਰਿਆਲੀ ਲਿਆਚੇ, ਆਪਣੇ ਪਰਿਵਾਰ ਦੀ ਜ਼ਿੰਦਗੀ ਚ ਹਰਿਆਲੀ ਲਿਆਚੇ, ਆਪਣੇ ਗ੍ਰਾਂ ਦੀ ਜ਼ਿੰਦਗੀ ਚ ਹਰਿਆਲੀ ਲਿਆਚੇ। ਗ੍ਰਾਂ ਚ ਜਿਸਲੇ ਜਾਗਤ ਅੱਛੇ ਅੱਛੇ ਕਾਰਨਾਮੇ ਕਰਦੇ ਨੇ, ਵੱਡੇ ਵੱਡੇ ਅਫਸਰ ਬਣਦੇ ਨੇ, ਲੇਕਿਨ ਜਿਸਲੇ ਗ੍ਰਾਂ ਚ ਕੋਈ ਐਸੀ ਖਬਰ ਬਾਹਰ ਆਉਂਦੀ ਹੈ ਤੇ ਉਸ ਗ੍ਰਾਂ ਦੀ ਵੀ ਕਮਰ ਟੁੱਟੀ ਹੁੰਦੀ ਹੈ। ਕਿੰਨੇ ਪ੍ਰਯਾਸ ਕਰਨਾ ਅਸੀਂ ਆਪਣਾ ਨਾਂ ਬਣਾ ਰਹੇ ਹਾਂ, ਲੇਕਿਨ ਇੱਕ ਐਸੀ ਖਬਰ ਕਮਰ ਤੋੜੀ ਰੱਖੀ ਹੁੰਦੀ ਹੈ। ਜੈ ਹਿੰਦ, ਜੈ ਭਾਰਤ, ਜੈ ਟੁਕੜ।